ਦੋਸਤੋ ਇਕਵਾਰੀ ਪੇ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ ਇੱਕ ਵੱਡੀ ਖਬਰ ਲੈ ਕੇ ਜੀ ਦੀ ਉਹਦੀ ਇੱਕ ਸਾਨੂੰ ਬੜੇ ਤਰ੍ਹਾਂ ਤੋਂ ਸੀ ਸਿੱਧੂ ਮੂਥੇ ਵਾਲਾ ਦੇ ਕਤਲ ਕੇਸ ਦਾ ਸਭ ਤੋਂ ਵੱਡਾ આરોપી ਲਾਰਜ ਬਿਸ਼ਨੋਈ ਦੇਲ ਤੋਂ ਬੈਠ ਕੇ ਇੰਟਰਵਿਊ ਦੇਦਾਇਕ ਨਹੀਂ ਦੋ ਇਕ 14 ਮਾਰਚ ਪਿਛਲੇ ਸਾਲ ਤੇ 17 ਮਾਰਚ ਨੂੰ ਪਿਛਲੇ ਸਾਲ ਤਿੰਨ ਦਿਨਾਂ ਦੇ ਅੰਤਰ ਤੇ ਤੋਂ ਇੱਕ ਕੰਟੇ ਤੋਂ ਜ਼ਿਆਦਾ ਵੱਡੀਆਂ ਇੰਟਰਵਿਊਜ਼ ਦੇ ਇੱਕ ਵੱਡੀ ਚੈਨਲ ਦੇ ਪਤਤਕਾਰ ਨਾਲ ਗੱਲਬਾਤ ਕਰਦਾ ਹਾਈ ਕੋਰਟ ਦੇ ਕਹਿਣ ਤੇ ਉਦੋਂ ਇੱਕ ਐਕਸਾਈ ਟੀਮ ਭਾਈ ਗਈ ਸੀ ਜਿਹਦੀਏ ਜ਼ਿੰਮੇਵਾਰੀ ਲਗਾਈ ਸੀ ਕਿ ਪਤਾ ਕਰਕੇ ਲੱਭੋ ਕਿ ਲਾਰੈਂਸ ਬੈਸ਼ਲੋਈ ਦੀ ਇੰਟਰਵਿਊ ਕਿਹੜੀ ਜੇਲ੍ਹ 'ਚ ਹੋਈ ਇਹ ਗੱਲ ਨਾਮੀ ਨੇ ਪਹਿਲਾ ਦਿਆ ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਕੇਨਾਲ ਅਡਿਸ਼ਨਲ ਡੀਜੀਪੀ ਪ੍ਰੈਜ਼ੈਂਟ ਜਿਹੜੇ ਸੀ ਅਰਣਪਾਲ ਸਿੰਘ ਇਹਨਾਂ ਦੀ ਕੈਚਫਾਈਟ ਬਣਾਈ ਗਈ ਸੀ ਜੀ ذمہ داری ਸੀ 10 ਸਣ ਦੀ ਕੋਟ ਨੂੰ ਕਿ ਇਹ ਇੰਟਰਵਿਊਆਂ ਦੋਨੋਂ ਕਿਹੜੀ ਡੀਲ ਤੋਂ ਆਇਆ ਉਹ ਤਾਂ ਉਸ ਤਾਰੀਖ ਨੂੰ ਪਤਾ ਹੈ ਕੋਈ ਮੋਲ ਜਵਾਬ ਦਿੱਤਾ ਕਿ ਜੀ ਪੰਜਾਬ ਦੀ ਡੀਲ ਤੋਂ ਨਹੀਂ ਹੋਈ ਜੇਤੇ ਹੋਰ ਜੇਲ੍ਹ ਤੋਂ ਹੋਈ ਹੋਣੀ ਆ ਤੇ ਨਾਲ ਇੱਕ ਹੋਰ ਸੱਚ ਨਿਕਲ ਕੇ ਆਇਆ ਐਤਾ ਹੀ ਥੀ ਉਹ ਜਿਹੜੀ ਸੀ ਕੁਲਦੀਪ ਸਿੰਘ ਔਰ ਰਣਪਾਲ ਸਿੰਘ ਵਾਲੀ ਉਹਨਾਂ ਨੇ ਇਹ ਦਿੱਤਿਆ ਕੋਟ ਨੂੰ ਕਿ ਅਸੀਂ ਜਦੋਂ ਲੌਰਡ ਵੈਸਲੀ ਜਰੋੜ ਬਠਿੰਡਾ ਜੇਲ੍ਹ ਤਸੀਹੇ ਹੇ ਪੁੱਛ ਕੇ ਕੀਤੀ ਉਹਨੂੰ ਪੁੱਛਿਆ ਕਿ ਤੂੰ ਇੰਟਰਵਿਊ ਆ ਕਿਹੜੀ ਜੇਲ੍ਹ ਤੋਂ ਦਿੱਤੀਆਂ ਉਹ ਕਹਿੰਦਾ ਮੈਨੂੰ ਯਾਦ ਨਹੀਂ ਕਿ ਮੈਂ ਕਿੱਥੋਂ ਇੰਟਰਵਿਊ ਦਿੱਤੀ ਆ ਵੀ ਦੇਖੋ ਕਿੰਨੀ ਵੱਡੀ ਆ ਗੱਲ ਹੈ ਇੱਕ ਸਾਤਰ ਕ੍ਰਿਮੀਨਲ ਇੱਕ ਪਹਿਲੀ ਵੱਡੀ ਚੈਨਲ ਨੂੰ ਦੋ ਇੰਟਰਵਿਊਸ ਦਿੱਤਾ ਔਰ ਕਹਿੰਦਾ ਮੈਨੂੰ ਯਾਦ ਨਹੀਂ ਮੈਂ ਕਿਹੜੀ ਜੇਲ੍ਹ ਚ ਕੀ ਕੀਤਾ ਕਿਸੇ ਜੇਲ੍ਹ ਦਾ ਨਾਂ ਨਹੀਂ ਲਿਆ ਉਹਨੇ ਦੇਖੋ ਕਿੰਨਾ ਦਿਮਾਗੀ ਆਦਮੀ ਹੈ ਔਰ ਪੰਜਾਬ ਪੁਲਿਸ ਦੇ ਅਰੀਜਨਲ ਡੀਜੀਪੀ ਪ੍ਰੇਜ਼ਨ ਅਰੁਣਪਾਲ ਤੇ ਜਿਹੜੇ ਉਹਦੇ ਨਾਲ ਗੱਲ ਕਰਦੇ ਆ ਉਹ ਵੀ ਉਹਦੇ ਕੋਲੋਂ ਸੱਚ ਨਹੀਂ ਬਲਵਾ ਤੱਕੀ ਉਹਦਾ ਇਹ ਬਹਾਨਾ ਸੁਣ ਕੇ ਬੜੇ ਪਿਆਰ ਨਾਲ ਆ ਗਏ ਆ ਆ ਕੇ ਦੇਤਾ ਰਿਪੋਰਟ ਦੇ ਦਿੱਤੀ ਕਹੀਏ ਪੰਜਾਬ ਦੀਆਂ ਥੇਲਾਂ ਚ ਨਹੀਂ ਹੋਈ ਆ ਕੇ ਤੋਂ ਰਾਜਸਥਾਨ ਦੀ ਢੇਲ ਚ ਜਾਂ ਦਿੱਲੀ ਪੁਲਿਸ ਤੇ ਕਬਜੇ ਤੁਸੀਂ ਉਹਨਾਂ ਦੇ ਨਾਲ ਉੱਥੇ ਕਿਤੇ ਹੋਈਆਂ ਉਹ ਨਹੀਂ ਆ ਕਮਾਲ ਦੀ ਗੱਲ ਹੈ ਇੱਕ ਡੀ ਸੀ ਐਲ ਡੀਪੀ ਇੱਕ ਕ੍ਰਿਮੀਨਲ ਕੋਲੋਂ ਇਹਲਾ ਨਹੀਂ ਪੁੱਛ ਸਕਿਆ ਕਿ ਇੰਟਰਵਿਊ ਕਿੱਥੇ ਹੋਈ ਔਰ ਉਹਦਾ ਜਵਾਬ ਮੈਨੂੰ ਯਾਦ ਨਹੀਂ ਮਾਰਕ ਦੇ ਥੋਕੀਤਿਆਂ ਦੇ ਇੰਟਰਵਿਊ ਕਰ ਉਸ ਤੋਂ ਬਾਅਦ ਉਹ ਪੂਰੀ ਦੀ ਪੂਰੀ ਰਿਪੋਰਟ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਇੱਕ ਨਵੀਂ ਐਸਆਈਟੀ ਬਣਾਈ ਜਿਹਨੂੰ ਇਹ ਜ਼ਿੰਮੇਵਾਰੀ ਦਿੱਤੀ ਕਿ ਨਵੇਂ ਸਿਰਿਓਂ ਕਿ 9 ਮਹੀਨੇ ਬਾਅਦ ਵੀ ਪੰਜਾਬ ਪੁਲਿਸ ਇਸ ਗੱਲ ਦਾ ਨਿਪਟਾਰਾ ਨਹੀਂ ਕਰ ਸਕੀ ਕਿ ਇੰਟਰਵਿਊ ਕਿੱਥੇ ਹੋਈਆਂ ਬੜੇ ਗੁੱਸੇਟ ਹਾਈ ਕੋਰਟ ਨੇ ਪਿਛਲੇ 12 ਸਾਲ ਦਸੰਬਰ ਦੀ 33 ਨੂੰ ਇੱਕ ਬੜਾ ਸੱਤ ਆਰਡਰ ਦਿੱਤਾ ਜਿਹਦੇ 'ਚ ਇੱਕ ਨਵੀਂ ਐਸਆਈਟੀ ਬਣਾਈ ਗਈ ਉਹਦੇ 'ਚ ਪ੍ਰਬੋਹ ਕੁਮਾਰ ਜਿਹੜੇ ਨੇ ਉਹਨਾਂ ਨੂੰ ਲਿਆ ਗਿਆ ਨਿਲਾੰਬਰੀ ਯਾਦਵਨੂਲੇ ਆ ਗਿਆ ਇਹਨਾਂ ਦੇ ਨਾਲ ਨਿਲਾੰਬਰੀ ਜਗਦੇਲੇ ਯਾਦੂਨੀ ਜਗਦੇਲੇ ਮਹਾਰਾਸ਼ਟਰਾ ਤੋਂ ਨੇ ਉਹਨਾਂ ਦੀ ਇੱਕ ਟੀਮ ਬਣਾਈ ਗਈ ਇੱਕ ਮੈਂਬਰ ਹੋਰ ਨੇ ਇਹਨਾਂ ਨਾਲ ਐਸ ਗੋਪਾਲ ਇੱਕ ਨਾ ਦੀ ਐਸਆਈਟੀ ਜੀਲੀ ਅਭਲੀ ਤਰੀਕ 10 ਤਰੀਕ ਨੂੰ ਹੈ ਹਾਈ ਕੋਰਟ ਵਿੱਚ ਦੇਖੋ ਉਥੇ ਇਹ ਨਵੀਂ ਐਸਆਈਟੀ ਕੋਈ ਨਵਾਂ ਖਲਾਸਾ ਕਰਦੀ ਹੈ ਕਿ ਨਹੀਂ ਪਰ ਉਸ ਤੋਂ ਪਹਿਲਾਂ ਜਿਹੜਾ ਦੂਸਰਾ ਹੁਕਮ 23 ਤਰੀਕ ਪਿਛਲੇ ਸਾਲ ਦਿੱਤਾ ਸੀ ਦਰਵਰ ਦੀ ਹਾਈ ਕੋਰਟ ਨੇ ਉਹਦੇ 'ਚ ਇਹ ਕਿਹਾ ਗਿਆ ਸੀ ਕਿ ਦੋ ਐਫਆਈਆਰ ਫਾਈਲ ਕੀਤੀਆਂ ਜਾਣ ਉਹ ਪੰਜਾਬ ਸਰਕਾਰ ਨੇ ਕਰਤੀਆਂ ਹੁਣ ਮजेदार ਗੱਲੇ ਦੇਖਣ ਲਈ ਹੋਣੀ ਹੈ ਕਿ ਐਪੀਆਰ ਤਾਂ ਹੋ ਗਈਆਂ ਕੀ ਉਹਨ ਤੁਤੀ ਲਾਰੈਂਸ ਬਿਸ਼नोई ਨਾਲ ਲੀਗਲੀ ਗੱਲ ਕਰ ਸਕਦੇ ਹੋ ਸਭ ਤੋਂ ਵੱਡਾ ਇਹਦਾ ਜਵਾਬ ਹੈ ਹਾਂ ਹੁਣ ਕਾਨੂੰਨੀ ਤੌਰ ਤੇ ਤੁਤੀ ਲਾਰੈਂਸ ਬਿਸ਼नोई ਦੀ ਪੁੱਛਗਿੱਛ ਕਰ ਸਕਦੇ ਹੋ ਪਰ ਕਿ ਹੋਰ ਪੰਗਾ ਇੱਕ ਬਹੁਤ ਵੱਡਾ ਕੇਂਦਰੀ ਗ੍ਰਹਿ ਵਿਭਾਗ ਨੇ 4 ਕਿ ਮਹੀਨੇ ਪਹਿਲਾਂ ਇੱਕ ਆਰਡਰ ਕੱਢਿਆ ਸੀ ਇਹ ਲਾਰਡ ਬਿਸ਼ਨੂਈ ਨੂੰ ਅੰਬਾਦੀ ਸਾਬਰਬਤੀ ਢੇਲ ਚੋਂ ਇੱਕ ਸਾਲ ਲਈ ਬਾਹਰ ਨਹੀਂ ਕੱਢਿਆ ਜਾ ਸਕਦਾ। ਨਾ ਉਹਦੇ ਨਾਲ ਕਿਤੇ ਨੂੰ ਕੋਈ ਮਿਲਣ ਦੀ ਇਜਾਜ਼ਤ ਹੈ ਐਕਸੈਪਟ ਉਹਦੇ ਵਕੀਲ ਜਾਂ ਇੱਕ ਅਦਾ ਕੋਈ ਰਿਸ਼ਤੇਦਾਰ। ਪਰ ਹੁਣ ਮੈਂ ਆਪਣੇ ਵਕੀਲ ਤੋਂ ਤਾਲਾ ਗੱਲ ਕੀਤੀ ਜਿਹੜੇ ਕਾਨੂੰਨ ਦੀ ਜਾਤ ਰੱਖਦੇ ਆ ਇਸ ਕਿਸਮ ਦੇ। ਉਹਨਾਂ ਨੂੰ ਪੁੱਛਿਆ ਕਿ ਪੰਜਾਬ ਪੁਲਿਸ ਇਨਵਿਐਸਾਟੀ ਅੰદાવાદ ਦਾਟੇ ਲਾਰਜ ਵਿਸ਼ੋਈ ਨਾਲ ਗੱਲ ਕਰ ਸਕਦੀ ਹੁੰਦਾ ਬਿਆਨ ਰਿਕਾਰਡ ਕਰਨ ਲਈ ਕਿਉਂ ਨਾ ਭਾਈ ਰੋਗੀ ਆ ਹਾਈ ਕੋਰਟ ਦਾ ਹੁਕਮ ਐਸਆਈਟੀ ਦੇ ਆਬ ਦੇ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਵਕੀਲਾਂ ਦਾ ਕਹਿਣਾ ਸੀ ਕਿ ਨਵੀਂ ਐਸਆਈਟੀ ਗੱਲ ਕਰ ਸਕਦੀ ਹੈ ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਪਰਮਿਸ਼ਨ ਲੈਣੀ ਪਵੇਗੀ ਯੂਨੀਅਨ ਹੋਮ ਮਿਨਿਸਟਰੀ ਤੋਂ ਜੀਰੇ ਵਾਵਡੋਂ ਅਮੇਸ਼ਾਜੀ ਕੋਲੇ ਹੁਣ ਇਹ ਬੜਾ ਲੰਬਾ ਪ੍ਰੋਸੈਸ ਹੈ ਹਾਂ ਅਗਰ ਹਾਈ ਕੋਰਟ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਯੂਨੀਅਨ ਹੋਮ ਮਿਨਿਸਟਰੀ ਨੂੰ ਅ ਰਿਟਰਨ ਤੌਰ ਤੇ ਅਰਜ਼ੀ ਦਿੰਦੀ ਆ ਕਿ ਸਾਡੇ ਕੋਲੇ ਕੋਰਟ ਦਾ ਹੁਕਮ ਹੈ ਅਸੀਂ ਇਸ ਚੀਜ਼ ਦੀ ਰਿਕਵਰੀ ਕਰਨੀ ਹੈ ਤੇ ਲਾਰਜਬਿਸ਼ਪੀ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਉਹ ਪਰਮਿਸ਼ਨ ਹੋਮ ਮਿਨਿਸਟਰੀ ਦੇ ਨਾਈ ਨਹੀਂ ਕਰ ਸਕਦੀ ਉਹ ਮੰਨੀਪ੍ਰੀਨ ਉਹੇ ਪਰਮੈਸ਼ਨ ਦੇਣੀ ਪਾਏਗੀ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਮਨਸ਼ਾ ਕੀ ਹੋਏਗੀ ਸਰਕਾਰ ਦੀ ਕੀ ਅਜੇ ਵੀ ਇਸੇ ਤਰ੍ਹਾਂ ਦੀ ਟ੍ਰਕਾਲੋਜੀ ਲਾਈ ਜਾਊਗੀ ਕਿ ਜਿਉਂ ਉਹਨੂੰ ਤਾਂ ਯਾਦ ਹੀ ਨਹੀਂ ਇੰਟਰਵਿਊ ਕਿੱਥੇ ਹੋਈ ਹੁਣ ਜਾਣਦਾ ਪੈਦਾ ਕੀ ਉਹਨੇ ਫੇਰ ਕਹਿ ਦੇਣਾ ਮੈਨੂੰ ਨਹੀਂ ਯਾਦ ਉਸ ਤੋਂ ਬਾਅਦ ਹਾਈ ਕੋਰਟ ਦਾ ਕੀ ਬਤਿਹਰਾ ਹੋਏਗਾ ਇਹ ਦੇਖਣ ਵਾਲੀ ਗੱਲ ਹੈ ਬੜੀ ਕੁੜਕੀ ਫਸੀ ਲੱਗਦੀ ਹੈ ਸਰਕਾਰ ਕੁੱਤ ਕੌਂਸਲ ਲੋਕੋਂ ਦੀ ਨਾਵ ਮਹੀਨਿਆਂ ਤੋਂ ਹੋ ਰਹੀ ਸੀ ਹੁਣ ਉਹ ਚ ਕੁਛ ਨਾ ਕੁਛ ਤਾਂ ਸਾਹਮਣੇ ਲਿਆਉਣਾ ਪਊਗਾ ਉਹ ਐਫ ਆਈ ਆਰ ਕੀ ਹੋਈਆਂ ਉਹ ਵੀ ਤੁਹਾਨੂੰ ਦੱਸ ਦिए ਪਹਿਲੀ ਐਫ ਆਈ ਆਰ ਜਿਹੜੀ ਪੰਜਾਬ ਸਟੇਟ ਕ੍ਰਾਈਮ ਬਿਊਰੋ ਦੇ ਪੁਲਿਸ ਸਟੇਸ਼ਨ ਚ ਹੋਈ ਆ ਉਹ ਸਟੇਟ ਦਾ ਪੁਲਿਸ ਸਟੇਸ਼ਨ ਆ ਉਸ ਐਫ ਆਈ ਆਰ ਉਹ ਹੋਈ ਆ 14 ਅਪ੍ਰੈਲ ਵਾਲੀ ਇੰਟਰਵਿਊ ਜਿਹਦੇ रिपोर्टर ਨੂੰ ਲਾਰਕ ਬੇਸ ਲੋਈ بڑے ਸਿੱਧੇ ਸਾਹਮਣੇ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਮੈਂ ਸਲਮਾਨ ਖਾਨ ਨੂੰ ਨਹੀਂ ਛੱਡੂਗਾ ਮੇਰਾ ਜ਼ਿੰਦਗੀ ਦਾ ਇੱਕੋ ਇੱਕ ਉਦੇਸ਼ ਹੈ ਇਹ ਮੈਂ ਇੱਕ ਨਿਸ਼ਾਨਾ ਹੈ ਕਿ ਸਲਮਾਨ ਖਾਨ ਨੂੰ ਮਾਰਨਾ ਕੋਈ ਕਿਉਂ ਨਹੀਂ ਸਾਡਾ ਇੱਕ ਕਾਲਾ ਹਿਰਨ ਮਾਰਤਾ ਸੀ ਇਸ ਕਰਕੇ ਮੈਂ ਇਹਨੂੰ ਨਹੀਂ ਛੱਡੂਗਾ ਜੋ ਮਰਦੀ ਹੋ ਜੇ ਤੋ ਇਹ ਇੱਕ ਸਿੱਧੀ ਮਾਰਨ ਦੀ ਧਮਕੀ ਆ ਉਸ ਜਿਹੜੀ ਐਫਆਈਆਰ ਹੋਈ ਹੈ ਕੁੜੀ ਚ ਲਾਰਾ ਬਿਸ਼ਨੋਈ ਦੇ ਖਿਲਾਫ ਹੋਈ ਹੈ ਤੇ ਨਾਲ ਅਗਿਆਤ ਦੂਸਰੇ ਲੋਕ ਅਨ ਆਈਡੈਂਟੀਫਾਈਡ ਇੰਡੀਵਿਜੂਅਲ ਉਹ ਕੌਣ ਨੇ ਜਿਹੜੇ ਲਾਰਾ ਬਿਸ਼ਨੋਈ ਦੇ ਨਾਲ ਗੈਕਟਰਸ ਨੇ ਜਿਹੜੇ ਢੇਲ ਦੇ ਕਰਮਚਾਰੀ ਨੇ हाई कोर्ट ਨੇ ਇਹ ਵੀ ਕਹਿ ਆ ਜੇ ਤੋਂ ਯਾਦ ਹੋਵੇ ਕਿ ਉਹ ਅਫਸਰ ਆਡੈਂਟੀਫਾਈ ਕਰੋ ਜੀਨਾ ਦੀ ਮਦਦ ਨਾਲ ਇੰਟਰਵਿਊ ਹੋਈ ਸੀ ਕਿਨੇ ਮੋਬਾਈਲ ਫੋਨ ਨੂੰ ਭੇਜਿਆ ਇਹਦੇ ਪੈਨੇਟ ਆਰਤਰਾਵਾ ਸਖਤ ਐਫ ਆਈ ਆਰ ਕਲਾਈਆਂ ਆ ਗਈਆਂ ਇੱਕ ਕਤਲਕਾਰਾਂ ਦੀ ਧਮਕੀ ਦਲਮਾਨ ਕਾਨ ਨੂੰ ਇੱਕ ਸਟਾਰਚਨ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਮੰਗਣੇ ਤੀਜਾ ਐਵੀਡੈਂਸ ਨੂੰ ਖਰਾਬ ਕਰਨਾ ਐਵੀਡੈਂਸ ਨੂੰ ਮਟਾਉਣਾ ਉਹਦੇ 'ਚ ਉਹ ਮੋਬਾਈਲ ਫੋਨ ਜਿਹਦੇ ਤੋਂ ਇੰਟਰਵਿਊ ਕੀਤੀ ਗਈ ਸੀ ਲਾਲਜ ਵਿਸ਼ਵੋਈ ਨੇ ਕਿਹਾ ਜੀ ਮੇਰੇ ਕੋਲੇ ਤਾਂ ਫੋਨ ਹੈ ਹੀ ਨਹੀਂ ਉਹ ਫੋਨ ਗਿਆ ਕਿੱਥੇ ਕੋਈ ਕੈਵੀਡੈਂਸ ਮਟਾਉਣ ਦੀ ਕੋਸ਼ਿਸ਼ ਕੀਤੀ ਆ ਵੇਅਰ ਇਜ਼ ਦੈਟ ਮੋਬਾਈਲ ਫੋਨ ਜਿਹਦੇ ਤੋਂ ਇਹਨਾਂ ਉਹ ਇੰਟਰਵਿਊ ਕੀਤੀ ਔਰ ਉਸ ਐਫ ਆਰ ਪੁਲਿਸ ਨੇ ਪੂਰਾ ਟ੍ਰਾਂਸਕ੍ਰਿਪਟ ਮਤਲਬ ਉਹ ਇੰਟਰਵਿਊ 14 ਤਰੀਕਾ ਕਾਲੇ ਤੇ ਜੋ ਗੱਲਬਾਤ ਹੋਈ ਸੀ ਰਿਪੋਰਟਰ ਦੀ ਔਰ ਬਿਸ਼ਰੋਈ ਦੀ ਉਹਨੂੰ ਟਾਈਪ ਡਾਊਨ ਕੀਤਾ ਲਿਖਿਆ ਹਰ ਸਕ੍ਰਿਪਟ ਨੂੰ ਵੀਡੀਓ ਤਾਂ ਹੈ ਕਰਨ ਕੋਲੇ ਉਹਨੇ ਲਿਖਿਆ ਉਹ ਨਾਲ ਅਟੈਚ ਕੀਤਾ ਵੀ ਉਹ ਇੱਕ ਤਰੀਕੇ ਨਾਲ ਲਾਰਡ ਬਿਸ਼ਰੋਈ ਦਾ ਬਿਆਨ ਆ ਜਿਹੜਾ ਉਹਨੇ ਇੱਕ ਟੀਵੀ ਇੰਟਰਵਿਊ ਚ ਦਿੱਤਾ ਇਹ ਇਲਜ਼ਾਮ ਲਾਏ ਗਏ ਸੀਰੀਅਸ ਨੇ ਐਕਸਟੋਰਸ਼ਨ ਦਾ ਚਾਰਜ ਵੀ ਹੈ ਜੀ ਦੂਤਰੀ ਆਪਾਂ ਯਾਰ ਕੀਤੀ ਗਈ ਹੈ 17 ਤਰੀਕ ਦੇ ਇੰਟਰਵਿਊ ਦੀ ਉਹਦੇ ਚ ਸਾਰਾ ਕੁਝ ਹੋਈ ਹੈ ਲੇਕਿਨ ਐਕਸਟੋਰਸ਼ਨ ਦਾ ਚਾਰਜ ਨਹੀਂ ਹੈ ਕਿਉਂਕਿ ਉਹਦੇ ਚ ਉਹਨੇ ਕਿਤੇ ਨੂੰ ਕੋਈ ਧਮਕੀ ਵਗੈਰਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਆਪਣੇ ਆਪ ਨੂੰ ਇੱਕ ਵੱਡਾ ਬੜਾ ਵੱਡਾ ਦੇਸ਼ ਸੇਵਕ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਵੀ ਬਿਆਨ ਦਿੱਤਾ ਸੀ ਕਿ ਮੈਂ ਕੋਈ ਖਾਲ ਤਾਂ ਨਹੀਂ ਆ ਮੇਰਾ ਖਾਲ ਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਇਹ ਹੋ ਰਹੀਆਂ ਗੱਲਾਂ ਆਪਣੀ ਸਫਾਈ ਪੱਲਾ ਝਾੜਨ ਵਾਲੀ ਸੈਕੰਡ ਇੰਟਰਵਿਊ ਸੀ ਬੇਸਤੀ ਕਲਿਓ ਪੰਜਾਬ ਦੇ ਡੀ.ਆਈ.ਐਸ.ਪੀ ਨੂੰ ਚੈਲੰਜ ਕਰਨ ਵਾਲੀ ਸੀ ਕਿ ਤੁਸੀਂ ਕਿਹਾ ਕਿ ਉਹ ਸਾਡੇ ਕੋਲ ਆਏ ਤੇ ਉਹਦੇ ਕੱਪੜੇ ਇਹ ਨਹੀਂ ਚੋਦਾ ਬੋਲੀ ਗਿਆ ਇਹ ਨਹੀਂ ਚਿਹਰੇ ਤੇ ਨਹੀਂ ਟੂਡ ਤੀਏ ਕਿ ਉਹ ਹੋਰ ਦੀਆ ਉਹਨੇ ਉਹ ਬਦਲੇ ਉਹ ਉਲੀਏ ਤੇ ਦੂਸਰੇ ਦੋ ਦਿਨ ਆਵਾਦੰਤ ਉਦੇਤੀ ਅਰੋਤੇ ਰੰਗ ਦੀ ਖੀਰ ਪਾ ਕੇ ਦੇਤੀ ਜੜਾ ਰੰਗ ਡੀਜੀਪੀ ਸਾਹਿਬ ਨੇ ਦੱਸਤੇ ਆਤੇ ਹੁਣ ਕੀ ਇਹ ਸਾਰੀਆਂ ਗੱਲਾਂ ਜਿਹੜੀਆਂ ਪੰਜਾਬ ਪੁਲਿਸ ਲਾਰਜ ਵਿਸਥਾ ਵਿ ਤੋਂ ਉਦੋਂ ਨਿਕਾ ਸਕੇ ਜਦੋਂ ਉਹ ਉਹਨਾਂ ਦੇ ਕਬਜ਼ੇ ਚ ਪੰਜਾਬ ਚ ਸੀਗਾ ਬਠਿੰਡਾ ਜ਼ਿਲ੍ਹੇ ਤੇ ਹੁਣ ਦੂਸਰੀ ਜ਼ਿਲ੍ਹੇ ਤੇ ਬੈਠੇ ਤੋਂ ਕੀ ਕਢਾ ਲੈਣਗੇ ਇਸ ਅਕਤੂਬਰ ਦਾਤਵਾਲ ਹੈ ਲੇਕਿਨ ਉਹਨੇ ਕਾ ਆਫਆਈਆਰ ਕੋਲ ਨਾਲ ਥੋੜਾ ਜਿਹਾ ਫਾਇਦਾ ਸਿੱਧੂ ਦੇ ਕੇਸ ਚ ਹੋ ਸਕਦਾ ਜਿੱਥੇ ਇਹ ਜਿਹੜੀ ਆਫਆਈਆਰ ਦਾ ਹਿੱਸਾ ਹੈ ਐਵੀਡੈਂਸ ਜਿਹੜੀ ਆ ਉਹ ਸਿੱਧੂ ਦੇ ਵਕੀਲ ਜਿਹੜੇ ਨੇ ਉਹ ਕੋਰਟ ਚ ਪੇਸ਼ ਕਰ ਸਕਦੇ ਆ ਕਿ ਦੇਖੋ ਇਹ ਨੂੰ ਲੈ ਕੇ ਇਹ ਮੰਨਿਆ ਹੋਇਆ ਆ ਇਹਦਾ ਟ੍ਰਾਂਸਕ੍ਰਿਪਟ ਹੈ ਇਹਦੇ ਬੀਸ ਤੇ ਆਫਆਈਆਰ ਵੀ ਹੋ ਚੁੱਕੀ ਆ ਇਸ ਕਰਕੇ ਲਾਰਦੇ ਬੇਸ਼ਰਮੀ ਮੁਕਰਨੀ ਸਾਖ ਦਾ ਕੇ ਉਹਦਾ ਇਹੋ ਜੀਆਂ ਗਤੀਵਿਧੀਆਂ ਤੇ ਕੋਈ ਰੋਲ ਹੈ ਜਾਂ ਨਹੀਂ ਹੈ ਸੋ ਕਿਤੇ ਕਿਤੇ ਥੋੜਾ ਜਿਹਾ ਪੱਤੇ ਹਿਲਣ ਲੱਗੇ ਆ ਕਿਤੇ ਸੇਦੂ ਮੁੱਤੇ ਵਾਲੇ ਦੇ ਪਿਤਾ ਜੋ ਬਾਰ ਬਾਰ ਕਹਦੇ ਸੀ ਕਿ ਅਜੇ ਤੱਕ ਪੰਜਾਬ ਪੁਲਿਸ ਇਹ ਕਿਉਂ ਨਹੀਂ ਦੱਸ ਤੱਕੀ ਇਹ ਇੰਟਰਵਿਊ ਕਿਹੜੀ ਢੇਲ ਚ ਹੋਈ ਉਹ ਬਲਕਾਰ ਭਾਈ ਅੱਜ 9 ਮਹੀਨੇ ਤੋਂ ਬਾਅਦ ਵੀ ਪੁਲਿਸ ਨਹੀਂ ਦਸਣਾ ਚਾਹਦੀ ਨਹੀਂ ਕੋਈ ਵੱਡੀ ਗੱਲ ਨਹੀਂ ਸੀ ਐਫ ਆਈ ਆਰ ਉਸ ਨਿਊਜ਼ ਚੈਨਲ ਦਾ ਨਾਮ ਹੈ ਜ਼ਿਕਰ ਹੈ ਜਿਹਦੇ ਤੇ ਇੰਟਰਵਿਊ ਦਿਖਾਈ ਗਈ ਪਰ ਉਸ ਰਿਪੋਰਟਰ ਦਾ ਕੋਈ ਜ਼ਿਕਰ ਨਹੀਂ ਜਿਹਨੇ ਇਹ ਇੰਟਰਵਿਊ ਕੀਤੀ ਬੜੀ ਕਮਾਲ ਦੀ ਗੱਲ ਹੈ ਇੱਕ ਆਪਾਂ ਯਾਰੀ ਕ੍ਰਾਈਮ ਨੂੰ ਲੈ ਕੇ ਹੁੰਦੀ ਆ ਹਾਈ ਕੋਰਟ ਆਲਰੇਡੀ ਕਹਿ ਚੁੱਕਾ ਕਿ ਇਹੋ ਜਿਹੇ ਇੰਟਰਵਿਊਜ਼ ਅਸੀਂ ਡੈਕਟਰਾਂ ਨੂੰ ਗਲੋਰੀਫਾਈ ਕਰਦੇ ਆ ਉਹਨਾਂ ਦੇ ਕ੍ਰਾਈਮ ਨੂੰ ਗਲੋਰੀਫਾਈ ਕੀਤਾ ਜਾਂਦਾ ਜਦੋਂ ਇੱਕ ਕ੍ਰਿਮੀਨਲ ਵਰ ਕਮਾਰ ਰਿਹਾ ਹੁੰਦਾ ਉਹਦਾ ਸਾਥ ਕੌਣ ਦੇ ਰਿਹਾ ਹੁੰਦਾ ਉਹ ਰਿਪੋਰਟਰ ਜਿਹੜਾ ਉਹਨੂੰ ਇਹੋ ਜਿਹੇ ਸਵਾਲ ਪੁੱਛਦਾ ਕਿ ਤੇਰੀ ਤਲਵਾਨ ਖਾਨ ਨਾਲ ਕੀ ਦੁਸ਼ਮਣੀਆਂ ਉਹਦੇ ਜਵਾਬ ਚੁਪਰ ਦਤਦਾ ਕਿ ਕੀ ਉਹ ਚ ਰਿਪੋਰਟਰ ਦਾ ਨਾਮ ਲੈਣਾ ਇੱਕ ਐਫ ਆਈ ਆਰ ਤੇ ਜ਼ਰੂਰੀ ਨਹੀਂ ਸੀ ਇਹ ਵੀ ਆਪਣੇ ਆਪ ਚ ਵੱਡਾ ਸਵਾਲ ਹੈ ਉਹ ਲੱਗਦਾ ਇਹ ਹੈ ਕਿ 10 ਤਰੀਕ ਨੂੰ ਜਿਹੜੀ ਅਗਲੀ ਹੀਰੇ ਵੱਜ ਤੋਂ 2 ਦਿਨ ਬਾਅਦ ਹੋਣੀ ਆ ਹਾਈ ਕੋਰਟ ਉਹਦੇ ਤੇ ਮੁੱਦਾ ਮੈਨੂੰ ਲੱਗਦਾ ਪੂਰੀ ਤਰ੍ਹਾਂ ਇਹ ਫੇਰ ਉਠੂਗਾ ਕੁਮਾਰੀ ਐਫ ਆਈ ਆਰ ਜਿਹੜੀਆਂ ਦੋਨੇ ਐਫ ਆਈ ਆਰ ਹੋਈਆਂ ਇਹਨਾਂ ਤੇੜੀਆਂ ਤਰਾਵਾ ਲਾਈਆਂ ਗਈਆਂ ਜਿਹੜੇ ਲੋਕਾਂ ਦੇ ਨਾਮ ਨਹੀਂ ਲਏ ਗਏ ਗੜੀਆਂ ਗੱਲਾਂ ਮਿਸ ਕੀਤੀ ਆ ਗਈਆਂ ਇਹਨਾਂ ਤੇ ਵੀ ਸ਼ਹਿਰ ਹਾਈ ਕੋਰਟ ਕੋਈ ਆਪਣੀ ਟਿੱਪਣੀ ਦੇ ਸਕਦਾ ਹੈ ਇਹ ਮੇਰੇ ਵਕੀਲ ਤੋਂ ਤਾਜ਼ਾ ਕਹਿਣਾ ਜਿਨ੍ਹਾਂ ਨੇ ਇਹਨਾਂ ਐਫ ਆਈ ਆਰ ਦਾ ਸਟਡੀ ਕੀਤੀ ਹੈ ਜੇਲਾ ਨੇ ਕਿ ਹਾਈ ਕੋਰਟ ਸ਼ਾਇਦ ਇਹ ਤਾ ਐਫ ਆਈ ਆਰ ਦੀ ਸ਼ਬਦਾਬਲੀ ਤੋਂ ਖੁਸ਼ ਨਹੀਂ ਹੋਏਗਾ ਕਿਉਂਕਿ ਬਹੁਤ سارے ਲਕੂਨਾ ਹੀ ਛੱਡੇ ਗਏ ਨੇ ਇਹਦੇ एफआईआर ਦਾ ਮਤਲਬ ਹੁੰਦਾ ਕਿ ਪ੍ਰਾਇਮਾ ਪੇਸ਼ਾਈ ਤੁਸੀਂ ਇਹ ਮੰਨਦੇ ਹੋ ਸਰਕਾਰ ਕਾਨੂੰਨ ਇਹ ਮੰਨਦਾ ਕਿ ਇਸ ਬੰਦੇ ਨੇ ਕੋਈ ਗੈਰ ਕਾਨੂੰਨੀ ਹਰਕਤ ਕੀਤੀ ਹੈ ਪ੍ਰਾਇਮਾ ਪੇਸ਼ਾਈ ਮੁੱਢਲੀ ਸਥਿਤੀ ਲੱਗਦਾ ਬਾਕੀ ਸਿੱਧ ਕਰਨਾ ਹੁੰਦਾ ਇਨਵੈਸਟੀਗੇਸ਼ਨ ਤੋਂ ਬਾਅਦ ਤੇ ਜਿਹੜਾ ਕੰਮ ਤਰੀਕੇ ਨਾਲ ਕੀਤਾ ਜਾਂਦਾ ਤੇ 15 20 ਮਿੰਟ ਅੱਧੇ ਘੰਟੇ ਦਾ ਕੰਮ ਸੀ ਕਿ ਇਹ ਕਦੇ ਹੋ ਸਕਦਾ ਕਿ ਉਸ ਰਿਪੋਰਟਰ ਨੂੰ ਪਤਾ ਨਾ ਹੋਵੇ ਕਿ ਉਹ ਜਿਹੜੇ ਬੰਦੇ ਦੀ ਇੰਟਰਵਿਊ ਕਰ ਰਿਹਾ ਉਹ ਕਿੱਥੇ ਆ ਮਨੇ ਪੁੱਛਿਆ ਜੀ ਉਹ ਲੇਖਨੋਤਾਰਾ ਮਿਲੀ ਭਗਤੀ ਜੀ ਲੱਗਦੀ ਸੀ ਸਾਰੀ ਲਾਉਰਿੰਗ ਬਿਸ਼नोई ਆਪਣੀ ਢੇਲ ਦਾ ਕਬਰਾਂ ਵੀ ਦਖੋਲਦਾ ਕਿ ਆ ਦੇਖੋ ਮੈਂ ਬੈਠਾ ਉਹ ਵੀ ਕਹਿੰਦਾ ਕਿ ਮੈਨੂੰ ਇੰਨਾ ਤੇਰੇ ਢੇਲਾ ਤੇ ਰਹਿੰਦੇ ਆ ਤੱਪ ਪਤਾ ਲੱਗਿਆ ਕਿ ਟੈਲੀਫੋਨ ਢੇਲਾ ਦੇ ਕਿ ਮੈਂ ਮੰਗਾਉਣੇ ਆ ਉਹ ਦੱਤਦਾ ਵੀ ਆ ਕਿਵੇਂ ਆਉਂਦੇ ਆ ਢੇਲਾ ਚ ਹੁਣ ਜਦੋਂ ਤੱਕ ਇਹ ਸਰਕਾਰੀ ਮਸ਼ੀਨਰੀ ਐਕਸ਼ਨ ਚ ਨਹੀਂ ਆਉਦੀ ਹਾਈ ਕੋਰਟ ਦੇ ਬਾਰ ਬਾਰ ਟਟਕਾਰ ਲਵਾਉਣ ਤੋਂ ਬਾਅਦ ਵੀ ਢੇਲਾਤ ਮੋਬਾਈਲ ਫੋਨਾਂ ਦਾ ਦੀ ਵਰਤੋਂ ਕੋਈ ਘਟ ਨਹੀਂ ਹੋਈ ਬਲਕਿ ਪਹਿਲਾਂ ਨਾਲੋਂ ਵੱਧ ਗਈ ਰੇਟ ਵੱਧ ਗਏ ਹੁਣ ਮਲਾਜ਼ਮ ਕਹਿੰਦਿਆਂ ਨੂੰ ਇਹ ਕਹਦੇ ਆ ਕਿ ਉੱਤੋਂ ਸ਼ਕਤੀ ਬੜੀ ਆ ਹਾਈ ਕੋਰਟ ਬੜਾ ਸ਼ਕਤ ਹੈ ਮੋਬਾਈਲ ਚਾਹੀਦਾ ਤਾਂ ਪੈਸੇ ਜ਼ਿਆਦਾ ਦੇਣੇ ਪੈਣੇ ਉਹ ਕੁਝ ਸ਼ਰਮ ਕਰੋ ਯਾਰ ਹਾਈ ਕੋਰਟ ਨੂੰ ਸੁੋਧਨ ਨਹੀਂ ਕਹਿ ਰਿਹਾ ਕਿ ਤੁਸੀਂ ਹੋਰ ਕੰਮ ਵਗਾੜੀ ਜਾਂਦੇ ਹੋ ਉਹ ਬੰਦਿਆਂ ਦੀਆਂ ਜੇਬਾਂ ਹੋਰ ਜ਼ਿਆਦਾ ਕੱਟ ਰਹੇ ਹੋ ਜਿਹੜੇ ਆਲ ਲੜੀ ਦੇ ਪੈਰ ਤੇ ਬੈਠੇ ਆ ਜਿਹੜੇ ਡਾਕਟਰ ਹੈ ਨਾ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਕੋਲ ਤਾਂ ਖਰਾਬ ਤੇ ਪੈਸੇ ਆ ਰਹੇ ਆ ਪ੍ਰੋਟੀਆਂ ਦੇ ਪੈਸੇ ਪਹੁੰਚ ਰਹੇ ਆ ਉਹਦੇ ਪੈਸੇ ਤੁਸੀਂ ਆਪਣੇ ਇਤੇ ਬੱਜ ਪਾ ਲੈਂਦੇ ਹੋ ਤੁਹਾਡੇ ਘਰਾਂ ਚੋਂ ਪ੍ਰੋਟੀਆਂ ਦੇ ਪੈਸੇ ਨਾਲ ਰੋਟੀਆਂ ਬਣਦੀਆਂ ਪਾਰਟੀਆਂ ਚੱਲਦੀਆਂ ਇਕ ਕਿਥੋਂ ਨਿਕਲੂ ਆ ਗੰਦ ਖਾਦਾ ਹੋਇਆ ਤੁਹਾਡਾ ਇਹ ਨਹੀਂ ਆ ਨਿਆ ਤਰ੍ਹਾਂ ਕਹਾ ਤੋਂ ਨੰਮੀ ਲੇਦੀਆਂ ਮਿਲਦੀਆਂ ਫੇਰ ਵੀ ਤੁਸੀਂ ਆ ਬੁਰਕਿਆ ਜੜੀਆਂ ਐਕਟਰ ਤੁਹਾਨੂੰ ਪਾਉਂਦੇ ਆ ਉਹ ਵੀ ਤੁਸੀਂ ਕਹਾ ਜਾਣੇ ਜੇ ਇਹਦੇ ਤੇ ਕੋਈ ਐਕਟਰ ਨਹੀਂ ਹੋ ਰਿਹਾ ਇਹ ਸਹਾਇਤਾਇ ਭਗਵਾਨਤ ਮਾਨ ਸ਼੍ਰੀਮਾਨ ਜੀ ਇਹ ਜੇਲ੍ਹ ਮੰਤਰੀ ਕੋਈ ਬਣਾਓ ਕੋਈ ਚੰਗਾ ਤੇ ਜੇਲਾਂ ਦਾ ਲਾਓ ਵੱਡੇ ਲੈਵਲ ਤੇ ਤਬਾਦਲੇ ਕਰੋ ਤੇਲਾਂ ਦੇ ਬੰਦਿਆਂ ਨੂੰ ਕੱਢ ਕੇ ਸੁਪਰਡੈਂਟਾਂ ਨੂੰ ਦੂਜਿਆਂ ਨੂੰ ਲਾਈਨ ਹਾਜ਼ਰ ਕਰੋ ਜਿਹੜੇ ਲਾਈਨ ਹਾਜ਼ਰ ਹੋਏ ਵਿਚਾਰੇ ਬੰਦੇ ਬੈਠੇ ਆ ਬੜੇ ਇਮਾਨਦਾਰ ਬੰਦੇ ਹੈਗੇ ਉਹਨਾਂ ਨੂੰ ਲਾਓ ਜੇਲਾਂ ਉਕਾਲੀਆਂ ਭੇਡਾਂ ਕਿਉਂ ਤੁਸੀਂ ਪਾਲ ਕੇ ਰੱਖੀਆਂ ਹੋਈਆਂ ਜਦੋਂ ਚਿੱਟੀਆਂ ਭੇਡਾਂ ਹੈਗੀਆਂ ਤੁਹਾਡੇ ਕੋਲੇ ਅੰਨਾ ਬੰਦੇ ਰਿਓੜੀਆ ਮੋਰ ਬੜਾ ਪੜਿਆ ਨੂੰ ਜਿਹੜੇ ਤੁਹਾਡੇ ਚੱਕੇ ਸੰਬੰਧੀ ਤੁਹਾਡੇ ਨਾਲ ਉੱਤੇ ਦੇ ਬੈਠਦੇ ਤੁਹਾਡੇ ਆਪਣਾ ਲਿਆ ਨਹੀਂ ਆ ਤੁਹਾਡੇ ਇਲਾਕਾ ਹਲਕਾ ਇੰਚਾਰਜ ਦੀਆਂ ਜੇਬਾਂ ਗਰਮ ਕਰਦੇ ਆ ਉਹ ਤਾਂ ਪੋਸਟਾ ਲੈ ਜਾਂਦੇ ਆ ਜਿਹੜੇ ਵਿਚਾਰੇ ਇਮਾਨਦਾਰ ਆ ਉਹ ਕੋਕਮੈਂਡੋ ਪੁਲਿਸ ਤੇ ਬੈਠਾ ਕੋਈ ਪੀਏ ਪੀਟ ਬੈਠਾ ਉਹ ਕਿਤੇ ਬੈਠਾ ਉਹਨਾਂ ਬੰਦਿਆਂ ਦੀ ਰੋਟੇਸ਼ਨ ਤਰੀਕੇ ਨਾਲ ਕਰੋ ਇੱਕ ਸਟੇਸ਼ਨ ਤੇ ਇੱਕ ਮਦਿਆ ਨੂੰ ਜ਼ਿਆਦਾ ਲੰਬਾ ਸਮਾਂ ਨਹੀਂ ਰੱਖਣਾ ਚਾਹੀਦਾ ਜਿਹੜੇ ਬੰਦੇ ਤੁਹਾਡੇ ਤਿਹੇ ਤਿਹਨੇ ਪੜ੍ਹੇ ਪਿਰਦੇ ਆ ਉਹਨਾਂ ਨੂੰ ਤੁਸੀਂ ਪੜ੍ਹਦੇ ਨਹੀਂ ਅਜੇ ਤੱਕ ਤਿੰਨ ਚਾਰ ਆਪਟਰ ਤੁਹਾਡੇ ਭਗੌੜੇ ਹੋਏ ਫਿਰਦੇ ਆ ਕੋਈ ਲੱਭਦੇ ਤੁਹਾਨੂੰ ਤੇ ਮਨੀ ਦਾ ਸਾਥ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਨਵਦੀਪ ਸਿੰਘ ਕਿੱਥੇ ਆ ਹਿਆ ਰਾਜੀਤ ਸਿੰਘ ਕਿੱਥੇ ਆ ਜਾ ਹੋਰ ਇਹਦੇ ਤਿੰਨ ਚਾਰ ਹੈਗੇ ਭੱਜੇ ਹੋਏ ਉਹ ਕਿੱਥੇ ਨੇ ਜੋ ਤੁਹਾਨੂੰ ਇਹ ਤਾਂ ਪਤਾ ਨਹੀਂ ਲੱਗਦਾ ਵੀ ਇੰਟਰਵਿਊ ਕਿੱਥੇ ਹੋਈ ਇਹ ਸਾਰੇ ਉਹ ਸਵਾਲ ਜਿੰਨਾ ਦੇ ਜਵਾਬ ਪੁੱਛੂਰੇ ਹੈਗੇ ਪਰ ਉਹ ਕਿਤੇ ਨਾ ਕਿਤੇ ਕਾਰਨਾ ਕਰਕੇ ਦੱਸਣਾ ਨਹੀਂ ਚਾਹਦੇ ਜਵਾਬ ਨਹੀਂ ਦੇਣਾ ਚਾਹਦੇ ਪਬਲਿਕ ਦੇ ਸਾਹਮਣੇ ਸੱਚ ਨਹੀਂ ਲਿਆਉਣਾ ਚਾਹਦੇ ਇਹ ਉਪਰੋਂ ਰੇੜੀ ਅਣ ਗੈਲੀ ਚੱਲ ਰਹੀ ਆ ਥੱਲੇ ਤੱਕ ਜਦੋਂ ਪੰਜਾਬੀ ਦੀ ਪ੍ਰਾਣੀ ਕਹਾਵਤ ਹੈ ਜਦੋਂ ਸਿਰ ਤੇ ਸਾਹੀ ਨਾ ਹੋਵੇ ਉਦੋਂ ਜੋ ਮਰਜ਼ੀ ਕਰੀ ਜਾਓ ਇਕ ਲੰਮੀ ਰੱਤੀ ਤੁਸੀਂ ਦੇ ਕੇ ਰੱਖੀ ਹੋਈ ਆਪਰਾਪਤ ਬਰਗੇੜ ਨੂੰ ਮੈਂ ਇਹਨਾਂ ਨੂੰ ਕਹਿਣਾ ਹੈ ਕਰਪ ਬਰਗੇੜ ਹੈ ਬੜੀ ਲੰਬੀ ਛੂਟ ਦੇ ਕੇ ਰੱਖੀ ਹੈ ਰੱਤੀ ਕਿ ਛੋਟ ਟਾਈਟ ਕਰੋ ਇਹ ਜਿਹੜਾ ਡੰਡਾ ਤੁਸੀਂ ਹੱਥ ਤੇ ਪੜਾਇਆ ਉਹ ਆਪਣੇ ਹੱਥੋਂ ਪੜੋ ਛੜਿਓ ਛੱਡਦੇ ਹੋ ਟੋੜੇ ਦਿਨ ਆਪ ਡੰਡਾ ਫੇਰ ਹੋਏ ਨਾ ਤੇ ਤਾਂ ਤੇ ਦੇ ਹੋਣਗੇ ਇਨਾ ਕਰਕੇ ਉਹ ਇਮਾਨਦਾਰ ਅਫਸਰ ਜਿਹੜੇ ਵਿਚਾਰੇ ਦਿਨ ਰਾਤ ਇੱਕ ਕਰਕੇ ਪੁਲਿਸ ਦੀ ਸੇਵਾ ਕਰ ਰਹੇ ਆ ਆਪਣੀਆਂ ਧਿਆਨਾ ਖਤਰੇ ਪਾ ਕੇ ਕੰਮ ਕਰਦੇ ਆ ਰਿਸਕ ਲੈਣਦੇ ਆ ਗੈਂਗਸਟਰਾਂ ਨਾਲ ਲੜਦੇ ਆ ਗੋਲੀਆਂ ਖਾਂਦੇ ਵੀ ਆ ਮਰਦੇ ਵੀ ਆ ਪਰ ਆਪਣੀਆਂ ਤਨਖਾਹਾਂ 'ਚ ਗੁਜ਼ਾਰਾ ਕਰਦੇ ਔਕੇ-ਤੋਕੇ ਉਹਨਾਂ ਦਾ ਨਾਮ ਹੀ ਬਦਨਾਮ ਹੁੰਦਾ ਤੁਹਾਡੀਆਂ ਇਹਨੀਆਂ ਕਾਲਾ ਪੇਟ ਕਾਲੀਆਂ ਪੇਡਾਂ ਕਰਕੇ ਅਰਗੇਨਾਨ ਉਹ ਇਨੀ ਹਰਮਨੀ ਆਉਂਦੀ ਹੈ ਕਿ ਆਪਣੀਆ ਕਰਤੂਕਤਾ ਕਰਕੇ ਆਪਣੇ ਸਾਥੀਆਂ ਦਾ ਨਾਮ ਵੀ ਖਰਾਬ ਕਰਦੇ ਆ ਨਾਲ ਪੂਰੀ ਫੋਰਸ ਦਾ ਇਹ ਕੁਲ ਨੀ ਪਾਰਟ ਡਿਸਿਪਲਨ ਫੋਰਸ ਨੂੰ ਬਦਨਾਮ ਕਰਕੇ ਰੱਖਿਆ ਚੰਗ ਬੰਦੇ ਆ ਨੇ ਤੇ ਜੇ ਤੁਸੀਂ ਉਹ ਚੰਗ ਬੰਦੇ ਵੀ ਆਇਡੈਂਟੀਫਾਈ ਨਹੀਂ ਕਰ ਸਕਦੇ ਉਹਨਾਂ ਤੇ ਐਕਸ਼ਨ ਨਹੀਂ ਲੈ ਸਕਦੇ ਤੇ ਪਰ ਐਡਮਿਨਿਸਟ੍ਰੇਸ਼ਨ ਦਾ ਫਾਇਦਾ ਕੀ ਹੋਇਆ ਜੇਲ ਮੰਤਰੀ ਦਾ ਫਾਇਦਾ ਕੀ ਹੋਇਆ ਮੋਕ ਮੰਤਰੀ ਦਾ ਫਾਇਦਾ ਕੀ ਐਕਸ਼ਨ ਮੋੜ ਚਾਹੋ ਮੁੱਖ ਮੰਤਰੀ ਸਾਹਿਬ ਇਹ ਬਿਆਨ ਬਾਜ਼ੀਆਂ ਨਾਲ ਸੁਧਰਨ ਵਾਲਾ ਨਹੀਂ ਹੈ ਸਿਸਟਮ ਉਹ ਅਕਸ਼ਰ ਮੋੜ ਚ ਕੋਧੂ ਆਉਂਗੇ ਉਹ ਨਹੀਂ ਪਤਾ ਥੋੜਾ ਟਾਈਮ ਕੱਢਿਆ ਕਰੋ ਆਪਣੇ ਪਪਾ ਗਾਲੇ ਇੱਥੇ ਤੁਹਾਡੇ ਭਲੇ ਲਈ ਕਹਿ ਰਹੇ ਆ ਨਾ ਤੁਹਾਡਾ ਵੀ ਖਰਾਬ ਹੋ ਰਿਹਾ ਨਾਲ ਸੋ ਦੇਖਣਾ ਹੋਏਗਾ ਕਿ ਨਵੀਂ एफटीटी ਇਸ ਕੇਸ ਨੂੰ ਲੈ ਕੇ ਕਿੰਨੀ ਕੁ ਸੀਰੀਅਸ ਹੁੰਦੀ ਹੈ ਕਿੰਨਾ ਕੁ ਸੀਰੀਅਸ ਅਪਰਟ ਹੁੰਦਾ ਤੇ ਲੈ ਦੇ ਕੇ ਇਹ ਪੂਰੇ ਇਸ ਤਵਾਇਤ ਚ ਐਕਟਰਸਾਈਜ਼ ਚ ਨਿਕਲ ਕੇ ਸਾਹਮਣੇ ਕੀ ਆਉਂਦਾ ਉਹ ਦਿੱਕਤ ਹੈ ਨਾ ਉਹ ਕੋਦਿਆ ਪਹਾੜ ਨਿਕਲਿਆ ਚੂਹਾ ਜਿਵੇਂ ਪਹਿਲਾਂ ਐਫਟੀਟੀ ਨੇ ਕਰਤਾ ਮੋਬਾਈਲ ਸਾਇਰੀ ਜੀ ਗਮ ਹੋ ਗਿਆ वो याद दास्त है नहीं कि इंटरव्यू कितने हुई अच्छी की करिए सो इन गलों ना एपीसोड ख़त्म करा आने वाले दिन यह सीरीयस मुद्दे लैके फिर हाजिर तक उद्डा सारे का बहुत बहुत शुक्रिया धनबाद